ਅਸੀਂ ਆਖਿਆ ਜੋ ਤੁਸੀਂ ਫੈਸਲਾ ਕਰੋਗੇ ਟਰੱਕਾਂ ਵਾਲੇ ਸਾਰੇ ਰਲ ਕੇ ਵੀ ਉਹ ਸਾਡੇ ਸਿਰ ਮੱਥੇ ਆ। ਇਹਨਾਂ ਨੇ ਆਪ ਹੀ ਫੈਸਲਾ ਦਿੱਤਾ ਸੀ 11 ਵਜੇ ਤੋਂ ਦਿਨੇ ਲੈ ਕੇ 8 ਵਜੇ ਤੱਕ ਸ਼ਾਮ ਨੂੰ ਕੋਈ ਟਰੱਕ ਨਹੀਂ ਆਊਗਾ। ਆ ਇੰਨੇ ਬੰਦੇ ਖੜੇ ਆ ਰਾਤ ਨੂੰ ਨਾ ਬਾਈ, ਇਹ ਜਦੋਂ ਇੱਥੋਂ ਦੀ ਲੰਘਦੇ ਆ ਰੇਸਾਂ ਦੇ ਲੰਘਦੇ ਆ ਟਰੱਕਾਂ ਵਾਲੇ, ਠੀਕ ਆ। ਉਦੋਂ ਬਾਅਦ ਇਹਨਾਂ ਦੇ ਟਿੱਪਰ ਆ ਜਿਹੜੇ ਉਹਨਾਂ ਦੇ ਵਿੱਚ ਆਸੇ ਪਾਸੇ ਸਿਲੰਡਰ ਜੇ ਲੱਗੇ ਵੇ ਆ। ਮੰਨ ਲਓ ਕੋਈ ਬੰਦੇ ਦੀ ਇੱਥੇ ਮੌਤ ਹੁੰਦੀ ਆ, ਕੌਣ ਜ਼ਿੰਮੇਵਾਰ? ਕੋਈ ਨਹੀਂ ਜ਼ਿੰਮੇਵਾਰ। ਇਹਨਾਂ ਦੀਆਂ ਬਾਈ ਅਸੀਂ ਮਿੰਨਤਾਂ ਕਰ ਕਰਕੇ ਥੱਕ ਗਏ ਵੀ ਯਾਰ ਵੀ ਤੁਸੀਂ ਇਹਨਾਂ ਨੂੰ ਬੰਦ ਕਰ ਦਿਓ, ਰਾਤ ਨੂੰ ਚਲਾ ਲਿਆ ਕਰੋ, ਨਾਲੇ ਰਾਤ ਨੂੰ ਸਾਡੀ ਨੀਂਦ ਖਰਾਬ ਹੁੰਦੀ ਆ ਲੋਕਾਂ ਦੀ, ਇੱਥੇ ਸਾਰਿਆਂ ਦੀ। ਇਹ ਮੇਰੀ ਕੋਈ ਆਵਾਜ਼ ਨਹੀਂ, ਇਹ ਸਾਰੇ ਲੋਕਾਂ ਦੀ ਆਵਾਜ਼ ਆ। ਆਹ ਦੱਸੋ ਵੀ ਕਿਹੜੇ ਕਿਹੜੇ ਟਰੱਕ ਬੰਦ ਕਰਨ ਦੇ ਹੱਕ 'ਚ ਹੱਥ ਖੜੇ ਕਰਿਓ। ਘੱਟੋ ਘੱਟ 5 ਚਾਂਸ ਇਹੋ ਜਿਹੇ, ਇੱਕ ਦਿਨ ਟਰੱਕ ਪਲਟੇ, 2 ਟਰੱਕ ਪਲਟੇ, 5 ਚਾਂਸ ਇਹੋ ਜਿਹੇ ਹੋਏ ਵੀ ਜੇ ਕਿਤੇ ਉਹ ਮੰਨ ਲਾ ਵੀ ਨਾ ਉਹ ਸਹੀ ਥਾਂ ਹੁੰਦਾ ਤਾਂ ਮੈਂ ਕਹਿੰਦਾ ਵੀ ਉੱਥੇ ਬੰਦੇ ਬਹੁਤ ਮਰ ਜਾਣੇ ਸੀ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡਾ ਅੰਦੋਲਨ ਖਰਾਬ ਨਾ ਹੋਵੇ। ਇੱਥੋਂ ਜੇ ਕੋਈ ਮਾੜੀ ਮੋਟੀ ਕਿਸੇ ਨੂੰ ਰੱਬ ਨਾ ਕਰੇ ਨੀਮ ਕੀਮ ਹੋ ਗਈ ਤਾਂ ਸਾਰੇ ਲੋਕਾਂ ਦਾ ਦਿਲ ਟੁੱਟ ਜੂਗਾ ਬਾਈ। ਪਹਿਲਾਂ ਮੁੰਡਾ 2 ਦੜੇ ਭਾਦੜੇ ਦਾ ਮਰਿਆ, ਉਹਦੀ ਕਿਸੇ ਨੇ ਬਾਤ ਨਹੀਂ ਪੁੱਛੀ, ਸਿਰਫ ਕਿਸੇ ਨੇ ਪੁੱਛੀ ਉਹ ਫੇਟ ਵੱਜ ਕੇ ਮਰ ਗਿਆ। ਉਹ ਟਰੱਕ ਵਾਲੇ ਕਸੂਰਵਾਰ ਹੈ, ਰਾਤ ਕੋ ਟਾਈਮ ਦਿਆ ਥਾ, ਸੁਬਹ ਇਤਨੇ ਟਾਈਮ, ਸ਼ਾਮ ਕੋ ਇਤਨੇ ਟਾਈਮ, ਯੇ ਇਨਕਾ ਕੋਈ ਕਸੂਰ ਨਹੀਂ ਹੈ। ਮੈਂ ਇਸਕਾ ਮੈਂ ਮੈਂ ਮੀਟਿੰਗ ਮੇਂ ਬੈਠਾ ਥਾ। ਅਸੀਂ ਇਹਨਾਂ ਦੀ ਰਿਸਪੈਕਟ ਕਰਦੇ ਹਾਂ, ਇਹਨਾਂ ਦੇ ਵਿੱਚੋਂ ਕਈ ਫੈਕਟਰੀਆਂ ਵਾਲੇ ਜਿਨ੍ਹਾਂ ਨੇ ਸਾਡੇ ਲੋਕਾਂ ਦਾ ਸਾਥ ਵੀ ਦਿੱਤਾ ਸਟਾਰਟਿੰਗ ਦੇ ਵਿੱਚ ਆ ਕੇ, ਵੀ ਕੋਈ ਪਾਣੀ ਦੀ ਸੁਵਿਧਾ ਦਿੱਤੀ, ਕਿਸੇ ਨੂੰ ਜਗ੍ਹਾ ਦਿੱਤੀ, ਉਹ ਚੀਜ਼ ਸਾਡੇ ਸਿਰ ਮੱਤੇ ਆ। ਪਰ ਜਦੋਂ ਕਿਸੇ ਦਾ ਇੱਥੇ ਨੁਕਸਾਨ ਹੋ ਗਿਆ ਬਾਈ, ਮੁੜ ਕੇ ਉਹਦੀ ਭਰਪਾਈ ਕੌਣ ਕਰੂਗਾ? ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ ਇਹ ਚੀਜ਼ ਦੀ। ਬਹਾਦਰਗੜ੍ਹ ਮੌਜੂਦ ਆ, ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ਼ ਹੋ ਰਿਹਾ ਹੈ। ਤੁਹਾਨੂੰ ਤਸਵੀਰਾਂ ਦਿਖਾਉਂਦੇ, ਸੰਧੂ ਸਾਹਿਬ ਇੱਕ ਵਾਰੀ ਦਿਖਾਓ। ਟਰੱਕ ਜਿਹੜੇ ਨੇ ਰੋਕਤੇ ਗਏ ਨੇ, ਟਿੱਪਰ ਜਿਹੜੇ, ਕਾਰਨ ਕੀ ਹੈ? ਪੁੱਛਦੇ ਆ ਰੁਪਿੰਦਰ ਜਲਾਲ ਬਾਈ, ਬਾਈ ਕਾਰਵਾਈ ਕਰੀ ਇਹਨਾਂ ਦੇ ਖਿਲਾਫ਼ ਕੀ ਕਾਰਨ ਹੈ? ਬਾਈ ਜੀ, ਸਭ ਤੋਂ ਪਹਿਲਾਂ ਤਾਂ ਅੱਖਰ ਦੇ ਜਿੰਨੇ ਵੀ ਦਰਸ਼ਕ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ 43ਵਾਂ ਦਿਨ ਹੋ ਗਿਆ ਅਤੇ ਪਿਛਲੇ 15 ਦਿਨਾਂ ਤੋਂ ਅਸੀਂ ਜੱਦੋ ਜਹਿਦ ਕਰ ਰਹੇ ਹਾਂ ਇੱਥੋਂ ਦੇ ਟਰੱਕਾਂ ਵਾਲਿਆਂ ਨਾਲ ਵੀ ਬਾਈ ਜੀ ਆਹ ਟਰੱਕ ਜਿਹੜੇ ਰੋਕ ਦਿਓ, ਕਿਉਂਕਿ ਇਹ ਸਲਿੱਪ ਰੋਡ ਜਾਂਦਾ ਇੱਧਰ, ਇਹਨਾਂ ਦੀਆਂ ਹੈਗਾ ਬੱਟੀ ਬੁੱਟੀ ਵਾਲਾ ਜੋ ਜਗਾੜ ਫੈਕਟਰੀਆਂ ਛੋਟੀਆਂ ਲੱਗੀਆਂ ਹੋਈਆਂ, ਇਹਨਾਂ ਲੋਕਾਂ ਨੇ ਪਹਿਲਾਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਪਰਲੇ ਪਾਸਿਓਂ ਵੀ ਉੱਧਰੋਂ ਵੀ ਖੜਾ ਕੇ ਵੀ ਬਾਈ ਜੀ ਇੱਥੇ ਕਿਸੇ ਦਾ ਨੁਕਸਾਨ ਹੋ ਜੂਗਾ, ਵੀ ਤੁਸੀਂ ਨਾ ਟਰੱਕ ਇੱਧਰ ਲੈ ਕੇ ਆਇਆ ਕਰੋ। ਇਹ ਬੰਦੇ ਆਪ ਹੀ ਸਾਡੇ ਨਾਲ, ਇਹਨਾਂ ਦੇ ਮਾਲਕ ਫੈਕਟਰੀਆਂ ਦੇ, ਮੀਟਿੰਗ ਕਰਕੇ ਗਏ ਆ। ਅਸੀਂ ਇਹਨਾਂ ਨੂੰ ਆਪ ਹੀ ਇਹ ਗੱਲ ਕਹੀ ਆ ਵੀ ਇੰਨੇ ਵੀ ਤੁਸੀਂ ਜੋ ਫੈਸਲਾ ਕਰਨਾ ਕਰੋ, ਕਿਉਂਕਿ ਅਸੀਂ ਕਹਿੰਦੇ ਸੀਗੇ ਵੀ ਰਾਤ ਨੂੰ ਚਲਾ ਲਿਆ ਕਰੋ, ਦਿਨੇ ਬੰਦ ਕਰ ਦਿਓ। ਇਹਨਾਂ ਨੇ ਕੀ ਕਿਹਾ ਵੀ ਰਾਤ ਨੂੰ ਸਾਨੂੰ RTO ਘੇਰਦਾ, ਫਲਾਨਾ ਘੇਰਦਾ, ਸਾਡਾ ਨੁਕਸਾਨ ਹੁੰਦਾ। ਅਸੀਂ ਆਖਿਆ ਜੋ ਤੁਸੀਂ ਫੈਸਲਾ ਕਰੋਗੇ ਟਰੱਕਾਂ ਵਾਲੇ ਸਾਰੇ ਰਲ ਕੇ, ਵੀ ਉਹ ਸਾਡੇ ਸਿਰ ਮੱਥੇ ਆ। ਇਹਨਾਂ ਨੇ ਆਪ ਹੀ ਫੈਸਲਾ ਦਿੱਤਾ ਸੀ 11 ਵਜੇ ਤੋਂ ਦਿਨੇ ਲੈ ਕੇ 8 ਵਜੇ ਤੱਕ ਸ਼ਾਮ ਨੂੰ ਕੋਈ ਟਰੱਕ ਨਹੀਂ ਆਊਗਾ। ਆਹ ਇੰਨੇ ਬੰਦੇ ਖੜੇ ਆ ਰਾਤ ਨੂੰ ਨਾ ਬਾਈ, ਇਹ ਜਦੋਂ ਇੱਥੋਂ ਦੀ ਲੰਘਦੇ ਆ ਰੇਸਾਂ ਦੇ ਲੰਘਦੇ ਆ ਟਰੱਕਾਂ ਵਾਲੇ, ਠੀਕ ਆ। ਉਦੋਂ ਬਾਅਦ ਇਹਨਾਂ ਦੇ ਟਿੱਪਰ ਆ ਜਿਹੜੇ ਉਹਨਾਂ ਦੇ ਵਿੱਚ ਆਸੇ ਪਾਸੇ ਸਿਲੰਡਰ ਜੇ ਲੱਗੇ ਵੇ ਆ। ਮੰਨ ਲਓ ਕੋਈ ਬੰਦੇ ਦੀ ਇੱਥੇ ਮੌਤ ਹੁੰਦੀ ਆ, ਕੌਣ ਜ਼ਿੰਮੇਵਾਰ? ਕੋਈ ਨਹੀਂ ਜ਼ਿੰਮੇਵਾਰ। ਔਰ ਉਸ ਤੋਂ ਬਾਅਦ ਯਾਨੀ ਕਿ ਇਹਨਾਂ ਦੀਆਂ ਬਾਈ ਅਸੀਂ ਮਿੰਨਤਾਂ ਕਰ ਕਰਕੇ ਥੱਕ ਗਏ ਵੀ ਯਾਰ ਵੀ ਤੁਸੀਂ ਇਹਨਾਂ ਨੂੰ ਬੰਦ ਕਰ ਦਿਓ, ਰਾਤ ਨੂੰ ਚਲਾ ਲਿਆ ਕਰੋ, ਨਾਲੇ ਰਾਤ ਨੂੰ ਸਾਡੀ ਨੀਂਦ ਖਰਾਬ ਹੁੰਦੀ ਆ ਲੋਕਾਂ ਦੀ, ਇੱਥੇ ਸਾਰਿਆਂ ਦੀ। ਇਹ ਮੇਰੀ ਕੋਈ ਆਵਾਜ਼ ਨਹੀਂ, ਇਹ ਸਾਰੇ ਲੋਕਾਂ ਦੀ ਆਵਾਜ਼ ਆ। ਆਹ ਦੱਸੋ ਵੀ ਕਿਹੜੇ ਕਿਹੜੇ ਟਰੱਕ ਬੰਦ ਕਰਨ ਦੇ ਹੱਕ 'ਚ ਹੱਥ ਖੜੇ ਕਰਿਓ। ਹੁਣ ਤੱਕ ਨੁਕਸਾਨ ਵੀ ਕਾਫੀ ਪਹੁੰਚਾ ਚੁੱਕੇ ਜੀ। ਸਾਡੇ ਕੋਲੇ 5 ਵੀਡੀਓ ਪਈਆਂ, ਸਾਡੀ ਗੱਡੀ ਦੇ ਵਿੱਚ ਮਾਰ ਕੇ ਗਏ। ਇੱਕ ਦਿਨ ਇੱਥੇ ਗੱਡੀ ਟਰਾਲੀ ਖੜੀ ਸੀ, ਟਿੱਪਰ ਵਾਲਾ ਰਾਤ ਨੂੰ 10 ਫੁੱਟ ਧੂ ਕੇ ਲੈ ਗਿਆ, ਠੀਕ ਆ। ਘੱਟੋ ਘੱਟ 5 ਚਾਂਸ ਇਹੋ ਜਿਹੇ, ਇੱਕ ਦਿਨ ਟਰੱਕ ਪਲਟੇ, 2 ਟਰੱਕ ਪਲਟੇ, 5 ਚਾਂਸ ਇਹੋ ਜਿਹੇ ਹੋਏ ਵੀ ਜੇ ਕਿਤੇ ਉਹ ਮੰਨ ਲਾ ਵੀ ਨਾ ਉਹ ਸਹੀ ਥਾਂ ਹੁੰਦਾ ਤਾਂ ਮੈਂ ਕਹਿੰਦਾ ਵੀ ਉੱਥੇ ਬੰਦੇ ਬਹੁਤ ਮਰ ਜਾਣੇ ਸੀ। ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਸੱਪ ਲੰਘਣ ਤੋਂ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ, ਬਾਅਦ 'ਚੋਂ ਇਹ ਕਹਿਣ ਦਾ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਮੁਆਵਜ਼ਾ ਦਵਾਵਾਂਗੇ ਜਾਂ ਮੁਆਵਜ਼ੇ ਲਈ ਲੜਾਂਗੇ ਜਾਂ ਸਰਕਾਰੀ ਨੌਕਰੀ ਦਿਓ। ਉਦੋਂ ਇੱਕ ਮਿੰਟ, ਉਦੋਂ ਪਹਿਲਾਂ ਹੀ ਆ ਕੇ ਆਪਾਂ ਜਾਣੀ ਕਿ ਇਹ ਚੀਜ਼ ਦਾ ਹੱਲ ਕਰੀਏ ਤਾਂ ਫਿਰ ਫਾਇਦਾ ਹੈਗਾ। ਕਾਰਨ ਕੀ ਲੱਗਦਾ? ਕਿਉਂਕਿ ਇੱਕ ਤਾਂ ਤੁਸੀਂ ਦੱਸ ਰਹੇ ਹੋ ਫੈਕਟਰੀ ਵਾਲਿਆਂ ਦਾ ਆਪਣਾ ਫੈਸਲਾ ਕਿ ਅਸੀਂ ਇਸ ਸਮੇਂ ਦੇ ਵਿੱਚ, ਉਦੋਂ ਬਾਅਦ 'ਚੋਂ ਇੱਕਦਮ ਫਿਰ ਸ਼ੁਰੂ ਹੋ ਜਾਂਦਾ। ਕਾਰਨ ਦਾ ਪਤਾ ਹੀ ਨਹੀਂ ਕੀ ਆ ਯਾਰ, ਇਹ ਤਾਂ ਸਰਕਾਰ ਵਾਲਾ ਕੰਮ ਕਰੀ ਜਾਂਦੇ ਆ, ਇੱਕ ਪਾਸੇ ਤਾਂ ਸਾਡੇ ਨਾਲ ਬਹਿ ਕੇ ਗੱਲਬਾਤ ਕਰਦਾ ਵੀ ਲੱਗਿਆ ਹੈਗਾ ਕਿ ਫੈਕਟਰੀ ਵਾਲਿਆਂ 'ਤੇ ਸ਼ਾਇਦ ਕੋਈ ਦਬਾਅ ਹੋਵੇ ਪ੍ਰਸ਼ਾਸਨ ਜਾਣ। ਦੇਖੋ ਮੇਰੀ ਗੱਲ ਸੁਣੋ, ਇੱਕ ਪਾਸੇ ਤਾਂ ਸਾਡੇ ਨਾਲ ਬਹਿ ਕੇ ਗੱਲ ਕਰਦੇ ਆ,
भी ठीक है अं बंद करा ज किदा भी इन्ने तो इन्ने दूजे पास चला भी आ सरकार एक पास गल करती है दूजे पास आपके मीडिया जरिए खालिस्तानी बखवादी वह दसते हैं ये हालात होए पे असी इन रिस्पैक्ट करते हैं इन्हों कई फैक्ट्रिया जिन्होंने साढ़े लोगों का साथ भी दिता स्टार्टिंग आके भी कोई पानी की सुविधा दी किसी जगह दी वो चीज़ साढ़े सर मत्थे आ पर जो किसी का इतने नुकसान हो गया बई मुड़ के वो भरपाई कौन करूगा कोई जिम्मेवारी नहीं ले रहा इस चीज़ की सो असी ये बंद तो किए अक के बंद किए बई आप कोई कंट्रोवर्सी नहीं भालते ठीक है ना ही आपको लड़ है भी आप कि जद बहस करिए कि आप आपकी सेवा करना है वह बजुर्ग अंकल खड़ा उन्होंने सद उन्होंने इतने सदी माड़ा जा और जोड़ा खड़ा प्रेम भाई आज अंकल में लेके आई माड़ा जा इन्हों पुछो ये मेन सीगा बंदा इन्हों मीटिंग हुई है आपके क्या फैसला टाइम टेबल की बात हुई थी टाइम टेबल की ये टाइम टेबल नहीं निभा रहे रात को टाइम दिया था सुबह इतने टाइम शाम को इतने टाइम ये इनका कोई कसूर नहीं है मैं मीटिंग में बैठा था आप मीटिंग में थे उनसे बात हो जाएगी क्यों ट्रक वापस क्यों आ रहे हैं बार बार भाई अलग अलग मालिक हैं समझते नहीं बात जो समझने वाले समझ रहे हैं कोई हजारों ट्रक चल रहे हैं मालिक बात को समझ नहीं रहे जिसको कोई कोई नया आता है कोई पुराना है भाई किमें ट्रक खड़े नहीं हुण ऐ कारवाई रहेगी भाई असी इत्थे इत्थों ना इत्थों थोड़ा राह बनाता आ ट्रक दूजे ट्रक च अड़िया बैठे दस टायरियां दोने इत्थे मान ला भी कोई टुट जाता कुछ जो बुढ़ के किसी के सिर च ही बज गया भाई असी ये चाहते हैं भी साडा अंदोलन खराब ना हो इतों जे कोई माड़ी मोटी किसी रब ना करे नीम कीम होगी तो सारे लोगों का दिल टुट जूगा भाई पहला मुंडा दो दड़े भादड़े का मरिया किसी ने बात नहीं पूछी सिर्फ किसी ने पूछी वो फेट बज के मर गया वो ठीक है असी तो यह चाहते हैं भी जिमें मामा के पुत इतने आए आ जथेबंदियां लेके आईया उवें घर जान जवाब की देणगे एक जथेबंदी पिंड की इकाई का प्रधान आ मान ला मैं आया आपके पिंडों जोड़े पिंडों मेरे नाल मुंडे आए आ उन्हों की जिम्मेवारी तो मैनू ही है ना जे कोई गलबात होंगी अगला मैनू कहूगा साडा मुंडे नूं आह करवा लिया साडे मुंडे नूं ऐ आह लैके गया सी आह गलबात होगी सो ये चीज़ तो असी यार बई रोकण दे लई असी सानू बई होर कुछ नहीं यार बई रात नूं चला लैण नाले साडी नींद खराब हुंदी आ तुहानूं दिखा भी देवांगे मैं लाइव भी कर दूंगा भी किहड़े हिसाब नाल चीकां मारदे आंदे हुंदे ट्रक पर साडी मजबूरी बनाती बई इन्हां ने रोकणा तुसीं अपना करो समाधान संधू साहब एक वारी दिखाओ तस्वीरां पिछे नूं हो के कि ये ट्रक ने पूरी लंघते से राह बनाया होया है राह उत्ते आम तौर पर क्योंकि किसान अंदोलन च ने तो किसी भी तरीके का हादसा हो सकता है कई नुकसान भी पहुँचाए ने ट्रकों ने समा मिथ्या गया सी उस समय के आवाजाई मिथी हुई सी लेकिन वो वार वार अपना ही वादा तोड़ रहे हैं उदू बाद किसान ने अज कार्रवाई की ट्रक इतने रोकते ने अपने सहयोगी सिमरनजीत करण शर्मा अखर दे लिए।